so students so next is the ability of the eye lens to adjust its focal length is called accommodation so kende hai ki eye lens apni uh, according requirement de according apni पावर फोकल लेंथ चेंज कर ठीक आई आईलेंस हैव अ पावर टू एडजस्ट इट्स फोकल लेंथ इज कॉल्ड अकोमोडेशन ठीक है सो लेंस अपने अक्वायरमेंट के अकॉर्डिंग अपनी फोकल लेंथ चेंज कर दैट इज कॉल्ड सो एकोमोडेस फोकल लेंथ ऑफ आई लेंस नॉट बी डिक्रीज बिलो सर्टेन लिमिट किनिम ਡਾਊਨ ਜਾਂਦੀ ਆ ਮਾਈਨਸ ਤੇ ਜਾਂਦੀ ਆ ਬਟ ਇਨਮੈਂਟਸ ਇੰਨਾ ਵੀ ਮਿਨੀਮਮ ਲਿਮਿਟ ਕਰਾਸ ਨਹੀਂ ਕਰ ਜਾਂਦੀ ਕਿ ਜੋ ਫੋਕਲ ਲੈਂਥ ਆ ਬਿਲਕੁਲ ਹੀ ਜ਼ੀਰੋ ਆ ਜੇ ਸੋ ਟ੍ਰਾਈ ਟੂ ਰੀਡ ਅ ਪ੍ਰਿੰਟਡ ਪੇਜ ਅਗਰ ਤੁਸੀਂ ਕਿਸੇ ਪ੍ਰਿੰਟਡ ਪੇਜ ਨੂੰ ਜਿਵੇਂ ਪ੍ਰਿੰਟਡ ਪੇਜ ਆ ਅਗਰ ਤੁਸੀਂ ਪ੍ਰਿੰਟਡ ਪੇਜ ਨੂੰ ਆਪਣੇ ਕੋਲ ਰੱਖ ਕੇ ਅਗਰ ਤੁਸੀਂ ਮਤਲਬ ਪੜੋਗੇ ਠੀਕ ਆ ਤਾਂ ਇੱਕ ਟਾਈਮ ਤੇ ਆ ਕੇ ਬਲਰਡ ਹੋ ਜਾਂਦੀ ਆ ਚੀਜ਼ ਠੀਕ ਹੈ ਬਿਕੋਜ਼ ਕਿਉਂ ਬਲਰਡ ਹੁੰਦੀ ਆ ਕਿ ਤੁਸੀਂ ਅਗਰ ਬਿਲਕੁਲ ਆਇਸ ਦੇ ਕੋਲ ਰੱਖੋਗੇ ਬਿਕੋਜ਼ ਇੱਕ ਨਾਰਮਲ ਆਈਡੀ ਰੇਂਜ ਆ ਕਿ ਅਸੀਂ ਕਿੰਨੀ ਦੂਰੀ ਤੇ ਰੱਖ ਕੇ ਆਪਣੀ ਚੀਜ਼ ਨੂੰ ਰੀਡ ਆਊਟ ਕਰ ਸਕਦੇ ਆ ਲੱਗ ਕੇ ਕਿੰਨੀ ਦੂਰੀ ਤੇ ਰੱਖ ਕੇ ਅਸੀਂ ਚੀਜ਼ ਨੂੰ ਪੜ ਸਕਦੇ ਆ ਸੋ ਥੈਟ ਡਿਸਟੈਂਸ ਇਸ 25 ਸੈਂਟੀਮੀਟਰ ਫਰਮ ਦਾ ਆਏ ਕਿ ਤੁਸੀਂ ਆਪਣੀ ਆਏ ਤੋਂ 25 ਸੈਂਟੀਮੀਟਰ ਦੀ ਦੂਰੀ ਤੇ ਹੀ ਆਬਜੈਕਟ ਰੱਖ ਕੇ ਉਹਨੂੰ ਰੀਡ ਆਊਟ ਕਰ ਸਕਦੇ ਹੋ ਓਕੇ ਸੋ ਦਾ ਮਿਨੀਮਮ ਡਿਸਟੈਂਸ ਐਟ ਵਿਚ ਆਬਜੈਕਟ ਕੈਨ ਬੀ ਸੀਨ ਡਿਸਟਿੰਕਟਲੀ ਵਿਦਆਊਟ ਸਟ੍ਰੇਨ ਇਸ ਕਾਲਡ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਸੋ ਮਿਨੀਮਮ ਡਿਸਟੈਂਸ ਜਿੱਤੇ ਆਪਾਂ ਆਬਜੈਕਟ ਨੂੰ ਰੀਡ ਆਊਟ ਕਰ ਸਕਦੇ ਹਾਂ ਮਿਨੀਮਮ ਅਤੇ ਘੱਟ ਤੋਂ ਘੱਟ ਡਿਸਟੈਂਸ ਜੋ ਆਪਣਾ ਆਈ ਤੋਂ ਆਬਜੈਕਟ ਦਾ ਡਿਸਟੈਂਸ ਹੋਵੇ ਸੋ ਘੱਟ ਤੋਂ ਘੱਟ ਸੋ ਦੈਟ ਇਜ਼ ਦੈਟ ਪੁਆਇੰਟ ਇਜ਼ ਕੋਲਡ ਐਸ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਔਰ ਉਹ ਕਿੰਨੀ ਹੈਗੀਆ ਦੈਟ ਇਜ਼ 25 ਸੈਂਟੀਮੀਟਰ ਫਰਮ ਦ ਆਈ ਸੋ ਇਟ ਇਜ਼ ਆਲਸੋ ਕੋਲਡ नियर पॉइंट ऑफ द आई सो ਅਸੀਂ ਨੂੰ ਨੀਅਰ ਪੁਆਇੰਟ ਆਫ ਦਾ ਆਈ ਵੀ ਬੋਲਦੇ ਆ ਅਗਰੇ ਇਹਦੇ ਉਲਟ ਚਲ ਜਾਈਏ ਇਹ ਸੀ ਨੀਅਰ ਪੁਆਇੰਟ ਦੀ ਗੱਲ ਅਗਰ ਤੁਸੀਂ ਕਹੋਗੇ ਕਿ ਕਿੰਨੀ ਦੂਰੀ ਤੱਕ ਇੱਕ ਨਾਰਮਲ ਪਰਸਨ ਦੇਖ ਸਕਦਾ ਹੈ ਕਿ ਸਬਜੈਕਟ ਨੂੰ ਦੈਟ ਪੁਆਇੰਟ ਇਜ਼ ਕਾਲਡ ਫਾਰ ਪੁਆਇੰਟ ਆਫ ਦਾ ਆਈ ਦ ਫਰਥੈਸਟ ਪੁਆਇੰਟ ਅਪ ਟੂ ਵਿਚ ਦਾ ਆਈ ਕੈਨ ਸੀ ਆਬਜੈਕਟ ਕਲੀਅਰਲੀ ਇਜ਼ ਕਾਲਡ ਫਾਰ ਪੁਆਇੰਟ ਆਫ ਦਾ ਆਈ ਫਾਰ ਪੁਆਇੰਟ ਆਫ ਦੇ ਕਿੰਨੀ ਦੂਰੀ ਤੇ ਚੀਜ਼ ਨੂੰ ਕਲੀਅਰ ਦੇਖ ਸਕਤੇ ਹਾਂ ਠੀਕ ਹੈ ਸੋ ਇਟ ਇਜ਼ ਇਨਫਿਨਿਟੀ ਦਾ ਆਨਸਰ ਇਜ਼ ਇਨਫਿਨਿਟੀ ਕਿ ਹਰ ਤੁਸੀਂ ਜਿੰਨੀ ਰੇਂਜ ਜਾਂਦੀ ਹੈ ਸਾਡੀ ਆਈ ਦੀ ਅਸੀਂ ਉਨੀ ਦੂਰ ਉਹ ਨੂੰ ਦੇਖ ਸਕਦੇ ਆ ਸੋ ਦੈਟ ਪੁਆਇੰਟ ਇਜ਼ ਆਨਸਰ ਇਜ਼ ਇਨਫਿਨਿਟੀ ਅਗਰ ਤੁਹਾਨੂੰ ਕੁਐਸਚਨ ਆ ਜੇ ਫਾਰਟੈਸਟ ਪੁਆਇੰਟ ਆਫ ਨੋਰਮਲ ਆਈ ਕਿੰਨਾ ਹੈ ਤੁਸੀਂ ਆਨਸਰ ਲਿਖੋਗੇ ਦੈਟ ਇਜ਼ ਇਨਫਿਨਿਟੀ ਓਕੇ ਸੋ ਸਮ ਟਾਈਮਸ ਦਾ ਕ੍ਰਿਸਟਲਾਈਨ ਲੈਂਸ ਆਫ ਪੀਪਲ ਐਟ 올ਡ ਏਜ ਬਿਕਮ ਮਿਲਕੀ ਐਂਡ ਕਲਾਉਡੀ ਸਮ ਟਾਈਮਸ ਕਹਿੰਦੇ ਜੋ 올ਡ ਏਜ ਦੇ ਵਿੱਚ ਪਰਸਨਸ ਜੋ ਲੋਕੀ ਹੁੰਦੇ ਪੀਪਲਸ ਜੋ ਜਾਣਦੇ ਨਹੀਂ ਉਹਨਾਂ ਦਾ ਜਿਹੜਾ ਲੈਂਸ ਹੋ ਸੋ ਉਹਨੂੰ ਮਿਲਕੀ ਲਾਈਕ ਅ ਅਪੀਅਰੈਂਸ ਦੇਣਾ ਕਲਾਉਡੀ ਕਲਾਉਡੀ ਅਪੀਅਰੈਂਸ ਦੇਣਾ ਸ਼ੁਰੂ ਹੋ ਜਾਂਦਾ ਹੈ ਸੋ ਉਹਨਾਂ ਨੂੰ ਕਿਹੜੀ ਕੰਡੀਸ਼ਨ ਹੁੰਦੀ ਹੈ ਦੈਟ ਇਜ਼ ਕੈਟਰੈਕਟ ਕੈਟਰੈਕਟ ਮਤਲਬ ਕਿ ਪਾਰਸ਼ਲ অর ਕੰਪਲੀਟ ਲਾਸ ਆਫ ਵਿਜ਼ਨ ਜਾਂ ਤਾਂ ਥੋੜੀ ਉਹਨਾਂ ਦੀ ਆਈ ਸੈੱਟ ਚੱਲ ਜਾਂਦੀ ਹੈ ਜਾਂ ਕੰਪਲੀਟ ਉਹਨਾਂ ਦੀ ਆਈ ਸੈੱਟ ਜਾ ਚੁੱਕਦੀ ਖਤਮ ਹੋ ਜਾਂਦੀ ਆ ਸੋ ਇਟ ਇਜ਼ ਪੋਸਿਬਲ ਟੂ ਰੀਸਟੋਰ ਵਿਜ਼ਨ ਥਰੂ ਅ ਕੈਟਰੈਕ ਸਰਜਰੀ ਬਟ ਕਹਿੰਦੇ ਅਸੀਂ ਕੈਟਰੈਕ ਸਰਜਰੀ ਹੁੰਦੀ ਆ ਕੈਟਰੈਕਟ ਸਰਜਰੀ ਹੁੰਦੀ ਆ ਜਿਹਦੇ ਨਾਲ ਹੀ ਅਸੀਂ ਵਿਜ਼ਨ ਨੂੰ ਦੁਬਾਰਾ ਵਾਪਸ ਲੈ ਕੇ ਆ ਸਕਦੇ ਆ ਸੋ ਥਿਸ ਇਜ਼ ਅਬਾਊਟ ਪਾਵਰ ਆਫ ਅਕਮੋਡੇਸ਼ਨ ਸੋ ਇਹਦੇ ਵਿੱਚ ਇੱਕ ਪਾਵਰ ਆਫ ਅਕਮੋਡੇਸ਼ਨ ਦਾ ਕੁਐਸਚਨ ਨਿਕਲਦਾ ਦੈਨ ਵਾਟ ਇਜ਼ ਫਾਰ ਪੁਆਇੰਟ ਨੀਅਰ ਪੁਆਇੰਟ ਠੀਕ ਹੈ ਐਂਡ ਵਾਟ ਇਜ਼ ਕੈਟਰੈਕਟ ਸੋ ਬੇਟਾ ਇਹਨੂੰ ਪੁਆਇੰਟ ਨੂੰ ਤੁਸੀਂ ਰੀਡ ਆਊਟ ਕਰਨਾ ਇਸ ਪੇਜ ਨੂੰ ਐਂਡ ਜੋ ਵੀ ਕੁਐਸਚਨ ਮੈਂ ਤੁਹਾਨੂੰ ਭੇਜ ਰਹੀ ਆ ਤੁਸੀਂ ਉਹਨੂੰ ਕਾਪੀ ਤੇ